मरहूम पंजाबी गायक सिद्धू मूसेवाले के पिता बलकौर सिंह ने इंग्लैंड तो वापसी तो बाद अपने घर विच मिलनाए लोगों नाल मुलाकात की ते उन्होंने संबोधन करते हुए दस्या है कि पुलिस नू इंसाफ लिए हले होर समा जिहड़ा है वह दिता गया है। उन्होंने कहा कि डीजीपी पंजाब दे नाल उन्होंने मुलाकात हुई सी ते उन्होंने जिहड़े नुक्ते दसे सी जिन्हां व्यक्तियों के नाम लए गए सीगे ते उस ते हजे जिहड़े कार्रवाई जिहड़ी है वह हो रही है। अपनी इंग्लैंड यात्रा बारे गल करदिआं उन्होंने कहा कि सिद्धू सिर्फ पंजाब का ही नहीं सगों सारे विश्व का चहेता सी। उन्होंने खुलासा किया कि सिद्धू दे कोल इंग्लैंड की PR भी सी जिस दे बारे उन्होंने भी बिल्कुल पता नहीं सी। इस दे पिछे उन्होंने एक कारण दस्या है कि शायद वो अपने पिंड विच ही रहना चाहुंदा सी जिस कारण उसने एक गल अपने माता पिता तो लुका के रखी हुई सी। भी उस बच्चे नूं इन्नी घिनौनी मौत दित्ती और इस चीज का ब्रिटिश सरकार दे विच भी बड़ा वड्डा रोस है क्योंकि सिद्धू यूके का PR सी और उन्हें मैनू भी यह गल लुका के रखी मेरे तो भी जे मैं पापा नूं दसदा भी मैं यूके दे मैनूं इत्थे रहिण नहीं देणा कोई जा इत्थे बैठे ही करना पर ओहदा नगाह ਸੀਗਾ ਇੱਥੋਂ ਦਾ ਉਹਨੇ ਉਹਦੇ ਲੈਣ ਦੇ ਬਾਵਜੂਦ ਵੀ ਉੱਥੇ ਰਹਿਣਾ ਨਹੀਂ ਚੰਗਾ ਸਮਝਿਆ ਉਹ ਆਪਦੇ ਪਿੰਡੋਂ ਦੀ ਕਮਜ਼ੋਰੀ ਸੀ। ਪਿਤਾ ਬਲਕੌਰ ਸਿੰਘ ਨੇ ਵੀ ਕਿਹਾ ਕਿ ਵੱਧਦੀ ਉਮਰ ਦੇ ਨਾਲ ਸਿੱਧੂ ਆਮ ਲੋਕਾਂ ਦੇ ਦੁੱਖ ਦਰਦ ਦੇ ਹੋਰ ਵੀ ਨੇੜੇ ਹੋਣ ਲੱਗ ਪਿਆ ਸੀ ਤੇ ਸ਼ਾਇਦ ਉਸ ਨੂੰ ਆਪਣੀ ਹੋਣੀ ਜਿਹੜੀ ਆ ਉਹਦਾ ਅੰਦਾਜ਼ਾ ਪਹਿਲਾਂ ਹੀ ਹੋ ਗਿਆ ਸੀ। ਇਸ ਦੀ ਨਿਸ਼ਾਨੀ ਉਸ ਦੇ ਅੰਤ ਸਮੇਂ ਲਿਖੇ ਗਏ ਗੀਤਾਂ ਵਿੱਚੋਂ ਮਿਲਦੀ ਹੈ। ਜਦ ਸਿੱਧੂ ਮੇਰਾ ਬੇਟਾ ਸੀ ਇਹ ਪੂਰੇ ਸੰਸਾਰ ਦਾ ਬੇਟਾ ਬਣ ਚੁੱਕਿਆ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਜਿਵੇਂ ਉਹਦੀ ਉਮਰ ਹੁਣ ਵੱਧ ਹੋ ਰਹੀ ਸੀ ਜਾਂ ਉਹ ਮਚੋਰ ਹੋ ਰਿਹਾ ਸੀ ਉਹਦਾ ਜਿਹੜਾ ਰੁਝਾਨ ਸੀਗਾ ਉਹ ਸਥਾਨਕ ਸਮੱਸਿਆਵਾਂ ਵੱਲ ਸਥਾਨਕ ਮੁੱਦਿਆਂ ਵੱਲ ਆਪਦੇ ਧਰਮ ਦੇ ਵੱਲ ਉਹਦਾ ਮੋੜਾ ਪੈ ਚੁੱਕਿਆ ਸੀ। ਉਹ ਆਪਣੀਆਂ ਲਾਸਟ ਵਾਲੀਆਂ ਲਿਖਤਾਂ ਸਾਰੀਆਂ ਦੱਸਦੀਆਂ ਨੇ ਕਿੱਦਾਂ ਉਹਨੇ ਸਕੇਪ ਗੋਟ ਗਾਇਆ ਲੋਕਲ ਮੁੱਦੇ ਚੁੱਕੇ ਉਹਦੇ ਵਿੱਚ ਕਿੱਦਾਂ ਉਹਨੇ SYL ਲਗਾਇਆ ਸਟੇਟ ਦੀਆਂ ਸਮੱਸਿਆਵਾਂ ਨੂੰ ਚੱਕਿਆ ਉਹਦੇ 'ਚ ਕੌਮ ਦੀਆਂ ਸਮੱਸਿਆਵਾਂ ਨੂੰ ਚੱਕਿਆ ਉਹਦੇ ਵਿੱਚ ਮਤਲਬ ਉਹ ਇਸ ਪਾਸੇ ਨੂੰ ਉਹਦਾ ਮੋੜਾ ਪੈ ਚੁੱਕਿਆ। ਉਹਨਾਂ ਇਹ ਵੀ ਸਵਾਲ ਜਿਹੜਾ ਹੈ ਸਭ ਦੇ ਸਾਹਮਣੇ ਰੱਖਿਆ ਕਿ ਉਹਨਾਂ ਦੇ ਪੁੱਤਰ ਨੂੰ ਇੰਨੀ ਘਿਨੌਣੀ ਮੌਤ ਕਿਉਂ ਮਿਲੀ ਹੈ ਅਤੇ ਮਾਸਟਰ ਮਾਈਂਡ ਜੋ ਵੀ ਇਸ ਦੇ ਪਿੱਛੇ ਹੈ ਉਸ 'ਤੇ ਕਾਰਵਾਈ ਕਦੋਂ ਹੋਵੇਗੀ। ਉਹਨਾਂ ਕਿਹਾ ਕਿ ਜੇ ਸਿੱਧੂ ਨੂੰ ਇਨਸਾਫ ਨਾ ਮਿਲਿਆ ਤਾਂ ਆਮ ਲੋਕ ਕੀ ਆਸ ਰੱਖਣਗੇ। ਉਹਨਾਂ ਗਨ ਕਲਚਰ 'ਤੇ ਵੀ ਗੱਲ ਕਰਦਿਆਂ ਕਿਹਾ ਹੈ ਕਿ ਹਥਿਆਰ ਵਾਪਸ ਲੈ ਕੇ ਨਿਹੱਥਾ ਕਰਨ ਵਾਲੀ ਗੱਲ ਹੈ। ਪਹਿਲਾਂ ਹੀ ਲੋਕਾਂ ਨੂੰ ਹਥਿਆਰਾਂ ਦੇ ਲਾਇਸੈਂਸ ਬੜੇ ਔਖੇ ਮਿਲਦੇ ਸੀ, ਹੁਣ ਤਾਂ ਜਮ੍ਹਾਂ ਹੀ ਮੁਸ਼ਕਿਲ ਹੋ ਜਾਣੀ ਹੈ। ਉਹਨਾਂ ਕਿਹਾ ਕਿ ਗੈਂਗਸਟਰਾਂ ਦੇ ਕੋਲ ਵਿਦੇਸ਼ੀ ਹਥਿਆਰ ਨੇ, ਬਹੁਤ ਹਾਈਟੈਕ ਜਿਹੜੇ ਹਥਿਆਰ ਨੇ ਉਹਨਾਂ ਦੇ ਟਾਕਰੇ ਵਿੱਚ ਆਮ ਲੋਕਾਂ ਦੇ ਕੋਲ ਵੀ ਹਥਿਆਰ ਜਿਹੜੇ ਨੇ ਉਹ ਬਹੁਤ ਮਾਮੂਲੀ ਜਿਹੇ ਨੇ। ਉਹਨਾਂ ਨੂੰ ਵੀ ਸਰਕਾਰ ਕਦੇ ਕਦੇ ਜਮ੍ਹਾਂ ਕਰਵਾਉਣ ਨੂੰ ਕਹਿ ਦਿੰਦੀ ਹੈ ਅਤੇ ਹੁਣ ਇਸ 'ਤੇ ਵੀ ਰੋਕ ਜਿਹੜੀ ਆ ਉਹ ਲਾਉਣੀ ਸ਼ੁਰੂ ਕੀਤੀ ਹੋਈ ਹੈ ਅਤੇ ਗੈਂਗਸਟਰਾਂ ਦੇ ਕੋਲੋਂ ਕਿੱਥੋਂ ਹਥਿਆਰ ਆਉਂਦੇ ਹਨ ਇਸ 'ਤੇ ਰੋਕ ਲਾਈ ਜਾਣੀ ਚਾਹੀਦੀ ਹੈ ਜਾਂ ਫਿਰ ਅਜਿਹਾ ਮਾਹੌਲ ਤਿਆਰ ਕੀਤਾ ਜਾਵੇ ਕਿ ਇਹਨਾਂ ਦੀ ਲੋੜ ਹੀ ਨਾ ਪਵੇ। ਹਾਂ, ਸਰਕਾਰਾਂ ਅੱਗੇ ਇੰਨੀ ਕੁ ਬੇਨਤੀ ਜ਼ਰੂਰ ਕਰਦੇ ਹਾਂ ਵੀ ਘੱਟੋ ਘੱਟ ਜਦੋਂ ਹਾਦਸਾ ਹੀ ਦੇ ਫੈਸਲੇ ਕਰਦੀ ਹੈ ਤਾਂ ਦੁੱਖ ਬੜਾ ਹੁੰਦਾ। ਲਾਇਸੈਂਸ ਲੈਣੇ ਤਾਂ ਸਰਕਾਰ ਨੇ ਪਹਿਲੇ ਇੰਨੇ ਔਖੇ ਕੀਤੇ ਹੋਏ ਸੀ ਵੀ ਜੇ ਬੰਦਾ ਇੱਕ ਵਾਰੀ ਦੀ ਲਾਈਨ 'ਚ ਲੱਗ ਜਾਏ ਨਾ, ਮੇਰਾ ਖਿਆਲ ਇੱਕ ਵਾਰੀ ਜੋ ਕਰਾਉਣ ਲੱਗ ਜਾਏ ਤਾਂ ਮੁੜ ਕੇ ਉਹਦਾ ਜੀ ਕਰਦਾ ਮਸਲਾ ਸਿੱਟ ਕੇ ਭੱਜ ਜਾਂਦਾ। ਇੰਨਾ ਔਖਾ ਪ੍ਰੋਸੈਸ ਹੈ ਲਾਇਸੈਂਸ ਲੈਣ ਦਾ, ਇਹਨੂੰ ਰਿਨਿਊ ਕਰਾਉਣ ਦਾ, ਕੋਈ ਇਹਦੇ ਵਿੱਚ ਚੇਂਜ ਕਰਨੀ ਹੈ ਵੀ ਬੰਦੇ ਨੂੰ ਐਂ ਲੱਗਦਾ ਜਿਵੇਂ ਮੈਂ 84 ਵਾਲੀ ਗੇੜ 'ਚ ਹੀ ਪੈ ਜਾਂਦਾ, ਇੰਨਾ ਔਖਾ ਕੰਮ ਹੈ। ਔਰ ਉਲਟਾ ਉਹਨੂੰ ਬੰਦ ਕਰਦੇ ਉੱਤੇ ਤਾਂ ਫਿਰ ਬੰਦੇ ਹੱਥਾਂ ਕਰਨ ਲਈ ਗੱਲ ਹੀ ਕਰਤੀ। ਤੁਸੀਂ ਦੇਖੋ ਬਦਮਾਸ਼ਾਂ ਦੇ ਕੋਲ ਜਿਹੜਾ ਅਸਲਾ ਹੈ ਰਸ਼ੀਅਨ ਵੈਪਨ AK-47 45 ਦਾ USA ਦੇ ਅਸਲਾ 30 ਦੇ ਪਿਸਟਲ ਜਿਹੜੇ ਬੰਦੇ ਨੂੰ ਪਾੜ ਕੇ ਰੱਖ ਦਿੰਦੇ ਨੇ ਜੇ ਕਿੱਲਾ ਪਾੜ ਤੋਂ ਵੀ। ਔਰ ਜੇ ਅਸੀਂ ਲਾਇਸੈਂਸ ਲੈ ਰੱਖੇ ਨੇ ਕੋਈ 12 ਬੋਰ ਦਾ ਲੈ ਲਿਆ ਕਿਸੇ ਨੇ ਆਪਦੀ ਸੇਫਟੀ ਵਾਸਤੇ ਜੁੱਤੀ ਜਾਂ 32 ਬੋਰ ਦਾ ਲੈ ਲਿਆ, ਉਹਦੇ ਵਿੱਚ ਕੀ ਨੁਕਸਾਨ ਵਾਲੀ ਗੱਲ ਹੋਗੀ? ਤੁਸੀਂ ਸੈਂਕੜੇ ਜੁਰਮਾਂ ਦਾ ਅਧਿਐਨ ਕਰਕੇ ਵੇਖ ਲਓ, ਜੇ ਆਪਾਂ ਕੱਲਾ ਸੂਰੀ ਦਾ ਦੇਖੀਏ ਵੀ ਕਤਲ ਜਿਹੜਾ ਹੋਇਆ ਉਹ ਜ਼ਰੂਰ ਲਸੰਸੀਅਸ ਦੇ ਨਾਲ ਹੋ ਗਿਆ, ਮੈਂ ਬਾਕੀ ਮੇਰਾ ਖਿਆਲ ਇੱਕ ਵੀ ਕਿਲਿੰਗ ਹੈ ਜਿਹੜੀ ਉਹ ਲਸੰਸੀਅਸ ਦੇ ਨਾਲ ਨਹੀਂ। ਔਰ ਜਿਹੜਾ 2 ਨੰਬਰ ਦਾ ਅਸਲਾ ਹੈ ਉਹਦੇ ਕੋਈ ਕੰਟਰੋਲ ਨਹੀਂ, 5-5 ਜਾਣੇ ਦੁਕਾਨ ਦੇ ਵਿੱਚ ਧਾਰਾ ਵੱਲ ਦੰਗੇ ਮੂੰਹ ਬਣ ਜਾਂਦੇ ਨੇ, ਬੰਦਾ ਮਾਰ ਕੇ ਭੱਜ ਜਾਂਦੇ ਨੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਛੋਟੇ ਤੋਂ ਛੋਟੇ ਗੈਂਗਸਟਰ ਦੇ ਕੋਲ ਵੀ 30 ਤੋਂ ਘੱਟ ਦਾ ਪਿਸਟਲ ਨਹੀਂ ਹੈ ਔਰ ਬੜੀ ਆਸਾਨੀ ਨਾਲ ਉਹਨੂੰ ਮਿਲ ਵੀ ਰਹੇ ਨੇ। ਔਰ ਕੋਈ ਉਹ ਯੂਪੀ ਕਾਨਪੁਰ ਵਾਲਾ ਨਹੀਂ ਲੈਂਦੇ, ਸਾਰਾ ਇੰਪੋਰਟਡ ਅਸਲਾ ਸਾਰਾ ਉਧਰ ਵੱਲ ਨੂੰ ਕਿਸੇ ਦਾ ਕੋਈ ਧਿਆਨ ਨਹੀਂ।
इस तो अलावा उन्होंने भी कहा कि विदेशों में लोग सिद्धू नूं प्यार करते हैं तो बहुत उसनूं याद जड़ा उत्थे कीता जांदा है, पर इत्थे अपने मुल्क की गल करिए उसके गाने जड़े चोरी कर करके बेचे जा रहे हैं। उसके नाम की जिहड़ी वरतों है वह अपनी प्रसिद्धि लई कीती जा रही है। अपने संबोधन के अखीर में उन्होंने सारे ने सामने सवाल रखिया कि उन्होंने हाले तक ये गल जी समझी नहीं है कि सिद्धू नूं क्यों मारिया गया है। उन्होंने लोगों भी अपील की है कि मिल के सिद्धू नूं इंसाफ देने लई दुआ करन ते साथ देन। इस तो बाद उन्होंने सारे आए लोगों का धन्यवाद। ब्यूरो रिपोर्ट द खालस टीवी।